ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰ। ਸਾਹਿਬ ਕਮਾਲ ਵਾਲੀਏ ਦੋ ਜਹਾਨ, ਜਗਤ ਕੇ ਰੱਖਿਅਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸੁਭਾਇਮਾਨ ਸੁਸ਼ੋਭਿਤ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਫਤਿਹ ਦੀ ਸਾਂਝ ਪਵਾਈਏ। ਆਓ ਸਾਰੇ ਜਾਣੇ ਰਲ ਕੇ ਰਸਨਾਂ ਨੂੰ ਪਵਿੱਤਰ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਮੇਰੇ ਕੰਨੀ ਸੁਣੀ, ਸਤਿਗੁਰੂ ਪਾਤਸ਼ਾਹ ਜੀ ਦੀ ਫਤਿਹ ਹੈ। ਆਪਾਂ ਸਾਂਝ ਇਸ ਤਰੀਕੇ ਨਾਲ ਪਾਉਣੀ ਹੈ। ਭਾਈ ਸਾਹਿਬ ਜੀ ਨੇ ਪਹਿਲਾਂ ਜਦੋਂ ਜਕਾਰਾ ਲਾਇਆ ਸੀ ਨਾ, ਕਹਿੰਦੇ ਵੀ ਗੁਰੂ ਕਾ ਸਿੱਖ ਜਦੋਂ ਜਕਾਰਾ ਲਾਉਂਦਾ ਹੈ ਤੇ ਗਵਾਂਢੀਆਂ ਦੀ ਨੀਂਦ ਉੱਡ ਜਾਂਦੀ ਹੈ, ਤੇ ਜਦੋਂ ਫਤਿਹ ਦੀ ਸਾਂਝ ਪਾਉਣੀ ਹੈ ਉਸ ਸਰਹੰਦ ਦੇ ਅੰਦਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਲ੍ਹੇ ਨੂੰ ਫਤਿਹ ਕੀਤਾ, ਉਦੋਂ ਵੀ ਗਿਣਤੀ ਦੇ ਸਿੰਘ ਸੀ। ਜਦੋਂ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚ ਹੈ ਉਦੋਂ ਵੀ ਗਿਣਤੀ ਦੇ ਸਿੰਘ ਹੈ, ਜਦੋਂ ਭੰਗਾਣੀ ਦੀ ਯੁੱਧ ਦੇ ਜੰਗ ਲੜਦੇ ਆ ਉਦੋਂ ਵੀ ਗਿਣਤੀ ਦੇ ਸਿੰਘ ਹੈ। ਤੇ ਫਤਿਹ ਤੇ ਜਕਾਰੇ ਇਹੋ ਜਿਹੇ ਹੈ ਵੀ ਮੁਗਲਾਂ ਦੀਆਂ ਅੱਧੀਆਂ ਫੌਜਾਂ ਇਸ ਗੱਲੋਂ ਡਰ ਕੇ ਮੁੜ ਜਾਂਦੀਆਂ ਕਿ ਸਾਨੂੰ ਤੇ ਕਿਹਾ ਸੀ ਕਿ ਗੁਰੂ ਕੇ ਸਿੰਘ 40 ਕੁ ਆ। ਇਹ ਤਾਂ ਲੱਖਾਂ ਦੀ ਆਵਾਜ਼ ਦੇ ਵਿੱਚ ਜਕਾਰਿਆਂ ਦੀਆਂ ਗੂੰਜਾਂ ਆਉਂਦੀਆਂ। ਸੋ ਗੁਰੂ ਸਵਾਰਿਓ, ਆਓ ਰਲ ਕੇ ਦੁਬਾਰਾ ਫਿਰ ਫਤਿਹ ਦੀ ਸਾਂਝ ਆਈਏ। ਮਨ ਨੂੰ ਥੋੜ੍ਹੀ ਜਿਹੀ ਸੰਤੁਸ਼ਟੀ ਆਵੇ ਵੀ ਕਿਤੇ ਬੈਠੇ ਹਾਂ ਗੁਰੂ ਕੀ ਸੰਗਤ ਦੇ ਵਿੱਚ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਭਾਈ ਮਰਦਾਨਾ ਜੀ ਦੇ ਯਾਦ ਨੂੰ ਤਾਜ਼ਾ ਕਰਦੇ ਹਾਂ। 9ਵਾਂ ਸਾਲ ਹੋ ਗਿਆ ਤੇ 9ਵਾਂ ਸਾਲਾਂ ਦੇ ਵਿੱਚੋਂ ਮੇਰਾ ਖਿਆਲ ਹੈ ਮੈਂ ਦੂਜੀ ਵਾਰ ਅੱਜ ਸਟੇਜ ਤੇ ਬੈਠਾ। ਪਹਿਲੀ ਵਾਰੀ ਅਚਨ ਚੇਤੀ ਭਾਈ ਹਿੰਮਤ ਸਿੰਘ ਜੀ ਦੇ ਘਰੇ, ਕਿਉਂਕਿ ਮੇਰੇ ਭੈਣ ਜੀ ਉੱਥੇ ਰਹਿੰਦੇ ਹੈ, ਉਹਨਾਂ ਦੇ ਨਾਲ ਪ੍ਰਣਾਏ ਹੋਏ ਹੈ। ਉਦੋਂ ਮੌਕਾ ਮਿਲਿਆ 5 ਕੁ ਮਿੰਟ ਦਾ ਤੇ ਅੱਜ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ 5-7 ਮਿੰਟ ਵਾਸਤੇ। ਮੈਂ 2-4 ਗੱਲਾਂ ਬਾਬਾ ਮਰਦਾਨਾ ਜੀ ਦੇ ਪ੍ਰਤੀ ਸਾਂਝੀਆਂ ਕਰਨੀਆਂ, ਜਿਹੜੀਆਂ ਗੱਲਾਂ ਨੂੰ ਆਮ ਤੌਰ 'ਤੇ ਬੜਾ ਅਣਗੌਲਿਆਂ ਕੀਤਾ ਜਾਂਦਾ। ਦੇਖੋ ਕਿ ਮੈਂ ਨਾ ਪਿਛਲੇ ਕੁਝ ਸਮੇਂ ਤੋਂ ਆਪਣੇ ਨਗਰ ਦੇ ਅੰਦਰ ਸੂਰਜ ਪ੍ਰਕਾਸ਼ ਦੀ ਜਿਹੜੀ ਵਿਚਾਰ ਆ ਉਹ ਕਰਦਾ ਪਿਆ। ਕਈ ਵਾਰੀ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਨਾ ਹਜ਼ਮ ਹੋਣ ਜੋਗੀਆਂ ਹੋ ਜਾਂਦੀਆਂ। ਹੁਣ ਜਿਹੜੀਆਂ ਹੋਰ ਇਤਿਹਾਸਕਾਰਾਂ ਨੇ ਗੱਲਾਂ ਲਿਖੀਆਂ, ਚਾਹੇ ਉਹ ਗਿਆਨੀ ਸਤਬੀਰ ਸਿੰਘ ਜੀ ਹੋਣ ਤੇ ਚਾਹੇ ਗਿਆਨੀ ਸਾਹਿਬ ਸਿੰਘ ਜੀ ਹੋਣ, ਚਾਹੇ ਭਾਈ ਕਾਨ ਸਿੰਘ ਜੀ ਨਾਭਾ ਹੋਣ, ਜਦੋਂ ਇਹਨਾਂ ਵਿਦਵਾਨਾਂ ਦੀਆਂ ਅਸੀਂ ਗੱਲਾਂ ਪੜ੍ਹਦੇ ਹਾਂ ਤੇ ਇਹਨਾਂ ਨੇ ਲਿਖਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਸੰਗ ਘੱਟੋ ਘੱਟ 54 ਸਾਲ ਦਾ ਹੈ, ਘੱਟੋ ਘੱਟ 54 ਸਾਲਾਂ ਦਾ। ਤੇ ਸੂਰਜ ਪ੍ਰਕਾਸ਼ ਮੈਂ ਪੜ੍ਹੀ ਜਾਂਦਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 35 ਸਾਲ 11 ਮਹੀਨੇ ਤੇ 7 ਦਿਨਾਂ ਦੀ ਉਮਰ ਸੀ ਜਦੋਂ ਜਪਜੀ ਦੀ
ਭੇਟ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਾਪਤ ਕੀਤੀ ਹੈ। ਉਸ ਸੂਰਜ ਪ੍ਰਕਾਸ਼ ਦੇ ਗ੍ਰੰਥ ਅੰਦਰ ਤੁਸੀਂ ਵੀ ਪੜ੍ਹ ਲਓ ਜੇਕਰ ਕਿਸੇ ਨੂੰ ਭੁਲੇਖਾ ਹੈ, ਹਲੇ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਤੇ ਭਾਈ ਮਰਦਾਨੇ ਦਾ ਮੇਲ ਨਹੀਂ ਦਿਖਾਇਆ ਕਿਤੇ ਵੀ। ਇੱਕ ਵਾਰੀ ਜੇਕਰ ਆਉਂਦਾ ਕਿ ਗੁਰੂ ਪਾਤਸ਼ਾਹ ਜੀ ਦੇ ਆਨੰਦ ਕਾਰਜਾਂ ਤੇ ਵਿਆਹ ਤੇ ਪਹੁੰਚੇ ਬਸ। ਸੋ ਜਿਹੜੀਆਂ ਭਾਈ ਮਰਦਾਨਾ ਜੀ ਦੇ ਪ੍ਰਤੀ ਕਈ ਆਤਕਥਨੀਆਂ ਇਹਨਾਂ ਲੋਕਾਂ ਨੇ ਸ਼ਾਮਿਲ ਕੀਤੀਆਂ ਹੋਈਆਂ, ਕੁਝ ਲੋਕਾਂ ਨੇ ਉਹਨਾਂ ਨੂੰ ਅਸੀਂ ਇਹ ਨਹੀਂ ਕਿ ਮੈਂ ਭਾਈ ਮਰਦਾਨਾ ਜੀ ਦੀ ਅੰਸੋ ਅੰਸ ਦੇ ਵਿੱਚ ਬੈਠਾ ਹੋਣ ਕਰਕੇ ਅੱਜ ਬਾਬਾ ਮਰਦਾਨਾ ਜੀ ਦੀਆਂ ਸਿਫਤਾਂ ਕਰਦਾ ਪਿਆ, ਨਹੀਂ। ਅਸਲੀਅਤ ਰੂਪ ਦੇ ਵਿੱਚ ਗੁਰੂ ਸਵਾਰੀ ਸਾਹਿਬ ਸਿੰਘ ਜੀ ਸਾਨੂੰ ਦੋ ਚਾਰ ਗੱਲਾਂ ਨੋਟ ਕਰਨੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਇਹ ਹੈ ਵੀ ਮੇਰੇ ਵਰਗੇ ਪ੍ਰਚਾਰਕ, ਮੇਰੇ ਵਰਗੇ ਲੰਡੂ ਪੰਜੂ ਜੇ ਜਿਹੜੇ ਰਾਗੀ ਢਾਡੀ ਹੈ ਨਾ, ਹੋ ਸਕਦਾ ਵੀ ਤੁਹਾਨੂੰ ਇਹ ਗੱਲਾਂ ਐਂ ਜੇ ਲੱਗਣ ਵੀ ਪਤਾ ਨਹੀਂ ਕੀ ਇਹ ਗਿਆਨੀ ਪਏ ਕਰਦੇ ਆ। ਉਹ ਕੀ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਦੇ ਸਾਹਮਣੇ ਬੈਠਿਆਂ ਨੂੰ ਕਹਿੰਦੇ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਰਬਾਬ ਵਜਾ। ਨਾ ਪੁੱਛਣ ਵਾਲਾ ਹੋਵੇ ਵੀ ਬਾਬਾ ਮਰਦਾਨਾ ਜੀ ਉਹ ਦੁਨੀਆਂ ਦੀ ਅਜੀਮ ਸ਼ਖਸੀਅਤ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਨੇ ਇੰਨਾ ਕੁ ਪਿਆਰ ਦਿੱਤਾ ਹੈ, ਜਦੋਂ ਵੇਈ ਦੇ ਕੰਢੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਦੀ ਦੇ ਅੰਦਰ ਉਹ ਕੌਤਕ ਵਰਤਾਉਂਦੇ ਆ ਨਾ 3 ਦਿਨਾਂ ਵਾਲਾ, ਉੱਥੇ ਕੋਈ ਹੋਰ ਨਹੀਂ ਬੈਠਾ ਸੀ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਗੀ ਬਣਾਉਣ ਦਾ ਕਾਰਨ ਕੀ ਹੈ? ਉੱਥੇ ਜਿਹੜਾ 3 ਦਿਨਾਂ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਕੌਤਕ ਰਚਾਇਆ, ਸਭ ਤੋਂ ਵੱਡੀ ਗੱਲ ਹੈ ਉਹ ਕੌਤਕ ਨੂੰ ਸਮਝਣਾ ਪੈਣਾ। ਦੇਖੋ ਕਿ ਮੁਸਲਮਾਨ ਵੀਰ ਜਦੋਂ ਦੱਬਦੇ ਆ ਨਾ ਤੇ 3ਜੇ ਦਿਨ ਉਹਨਾਂ ਦੇ ਕੁੱਲ ਕੱਢੇ ਜਾਂਦੇ ਆ, ਭਾਵ ਕੇ ਜਾ ਕੇ ਚੈੱਕ ਕੀਤਾ ਜਾਂਦਾ ਕਬਰ ਕਿਤੋਂ ਖਰਾਬ ਤੇ ਨਹੀਂ ਹੋ ਗਈ, ਕਿਤੋਂ ਕਬਰ ਦੇ ਵਿੱਚ ਪਾਣੀ ਤੇ ਨਹੀਂ ਜਾ ਰਿਹਾ, ਇਹ ਗੱਲਾਂ ਨੋਟ ਕਰਦੇ 3ਜੇ ਦਿਨ ਜਾ ਕੇ। ਤੇ ਜਦੋਂ ਹਿੰਦੂ ਮਤ ਦੇ ਅੰਦਰ ਜਾਂ ਸਿੱਖ ਮਤ ਦੇ ਅੰਦਰ ਸੰਸਕਾਰ ਕੀਤਾ ਜਾਂਦਾ, 3ਜੇ ਦਿਨ ਗੁਰੂ ਕੇ ਸਿੱਖ ਅੰਗੀਠਾ ਇਕੱਠਾ ਕਰਦੇ ਤੇ ਹਿੰਦੂ ਵੀਰ ਫੁੱਲ ਚੁੱਕਦੇ। ਹੁਣ 3ਰੇ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਦੁਨਿਆਵੀ ਲੋਕਾਂ ਦੇ ਹਿਸਾਬ ਨਾਲ ਜਦੋਂ ਪ੍ਰਗਟ ਹੋਏ, ਜਦੋਂ ਘਰਦਿਆਂ ਨੇ ਮੰਨ ਲਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਦੇ ਅੰਦਰ ਨਹੀਂ ਨਹੀਂ, ਜਦੋਂ ਲੋਕਾਂ ਨੇ ਇਹ ਕਹਿ ਦਿੱਤਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸ਼ਾਇਦ ਕਿਸੇ ਡੂੰਘੀ ਖਾਈ ਦੇ ਵਿੱਚ ਫਸ ਕੇ ਡੁੱਬ ਗਏ ਹੋਣ, ਜਾਂ ਕਿਸੇ ਨੇ ਕੋਈ ਕਿਆਸ ਲਾਇਆ ਕਹਿੰਦਾ ਕਿ ਮਗਰਮੱਛ ਖਾ ਗਿਆ ਹੋ, ਕੋਈ ਕਿਆਸ ਲਾਉਂਦਾ। ਪਰ ਇੱਕ ਗੁਰੂ ਕਾ ਸਿੱਖ ਉੱਥੇ ਬੈਠਾ ਹੈ, ਉਹ ਕੌਣ ਹੈ? ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਜਦੋਂ ਨਦੀ ਦੇ ਵੱਲ ਦੇਖਦੇ ਆ ਤੇ ਨਦੀ ਦੀਆਂ ਜਿਹੜੀਆਂ ਲਹਿਰਾਂ ਉਹ ਇਹਨਾਂ ਨੂੰ ਇਹ ਕਹਿੰਦੀਆਂ ਪ੍ਰਤੀਤ ਕਰਨ ਲੱਗਦੀਆਂ, ਕਹਿੰਦੇ ਧੀਰਜ ਰੱਖ ਮੈਂ ਆਵਾਂ। ਭਾਈ ਮਰਦਾਨਾ ਜੀ ਨੂੰ ਕਹਿੰਦੀਆਂ ਕਿ ਧੀਰਜ ਰੱਖੋ ਮੈਂ ਆਵਾਂਗਾ। ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਪ੍ਰਤੀ, ਹੁਣ ਇਹ ਗੱਲ ਵੀ ਬੜੀ ਨਾ ਸਾਨੂੰ ਗੋਲ ਮੋਲ ਜੀ ਕਰਨੀ ਪੈਂਦੀ ਹੈ ਪ੍ਰਚਾਰਕਾਂ ਨੂੰ, ਕਈ ਵੀਰ ਤੇ ਕਹਿੰਦੇ ਆ ਕਿ ਬਾਬਾ ਮਰਦਾਨਾ ਜੀ ਦਾ ਸ਼ਬਦ ਹੈ ਬਹਾਗੜਾ ਰਾਗ ਦੇ ਅੰਦਰ 553 ਅੰਗ ਤੇ ਆ ਮੇਰਾ ਖਿਆਲ। ਕੱਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ। ਇਹ ਹੁਣ ਉੱਥੇ ਲਿਖਿਆ ਮਰਦਾਨਾ, ਪਹਿਲਾਂ ਕੋਈ ਕਹਿੰਦਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਪ੍ਰਤੀ ਸ਼ਬਦ ਲਿਖੇ ਹੈ, ਕੋਈ ਕਹਿੰਦਾ ਕਿ ਭਾਈ ਮਰਦਾਨਾ ਜੀ ਦੇ ਸ਼ਬਦ ਹੈ। ਹੁਣ ਜੇ ਅਸੀਂ ਦੇਖੀਏ ਕਿ ਪ੍ਰਤੀ ਸ਼ਬਦ ਨੂੰ ਮੰਨ ਕੇ ਚੱਲੀਏ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਲਿਖਿਆ ਜਗਤ ਕੇ ਰੱਖਿਅਕ, ਜਿਹਨਾਂ ਨੂੰ ਨਿਰੰਕਾਰੀ ਜੋਤ ਆਖਿਆ ਜਾਂਦਾ, ਜਿਹਨਾਂ ਨੂੰ ਖੁਦ ਅਕਾਲ ਪੁਰਖ ਦਾ ਰੂਪ ਆਖਿਆ ਜਾਂਦਾ, ਇੱਕ ਬਾਬਾ
ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਗੁਰੂ ਸਵਾਰੀ ਸਾਧ ਜੀ ਇੰਨੀ ਕੁ ਭੈੜੇ ਲੋਕ ਹੈ, ਉਹਨਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਸ਼ਟਰ ਦੇ ਪਾਤਸ਼ਾਹ ਜੀ ਕੋਹੇ ਨੂਰ ਹੈ। ਜਦੋਂ ਵੀ ਕਿਤੇ ਭਾਰਤ ਦੇ ਅੰਦਰ ਕੋਹੇ ਨੂਰ ਹੀਰੇ ਦੀ ਗੱਲ ਚੱਲਦੀ ਹੈ ਨਾ, ਪਾਕਿਸਤਾਨ ਵਾਲੇ ਦਾਅਵਾ ਕਰ ਦਿੰਦੇ ਆ, ਕਹਿੰਦੇ ਜੀ ਇਹ ਤਾਂ ਸਾਡਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੀ ਰਾਜਧਾਨੀ ਸੀ ਉਹਦੀ। ਇਹੀ ਹਾਲਾਤ ਸਾਡੇ ਹੋਏ ਪਏ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਕੋਹੇ ਨੂਰ ਹੀਰਾ, ਤੇ ਉਸ ਹੀਰੇ ਦਾ ਦਾਅਵੇਦਾਰ ਗੁਰੂ ਕੇ ਸਿੱਖਾਂ ਨੂੰ ਵੰਡ ਹੀ ਨਹੀਂ ਦਿੱਤਾ ਜਾਂਦਾ। ਉਹ ਕੀ ਕਰਦੇ ਆ, ਕਹਿੰਦੇ ਸਿੱਖਾਂ 'ਚ ਵੰਡੀਆਂ ਪਾ ਦਿਓ, ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਇਹਨਾਂ ਕੋਲੇ ਕੋਹੇ ਨੂਰ, ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਇਹ ਐਡੀ ਮਹਾਨ ਗੁਰਬਾਣੀ ਦੇ ਰਚਨੇਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਾਤਸ਼ਾਹ ਜੀ ਦੇ ਵਾਰਸ ਆ, ਇਹਨਾਂ ਨੂੰ ਪਤਾ ਨਾ ਲੱਗੇ, ਉਹਨਾਂ ਨੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ, ਸੰਪਰਦਾਇਕ ਵੰਡੀਆਂ, ਜਥੇਬੰਧਕ ਵੰਡੀਆਂ, ਅਜਿਹੀਆਂ ਵੰਡੀਆਂ ਪਾ ਦਿੱਤੀਆਂ। ਇਹਨਾਂ ਵੰਡੀਆਂ ਦੇ ਆਧਾਰ ਤੇ ਅਸੀਂ ਗੁਰੂ ਘਰ ਦੇ ਸਿੱਖ ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਭਾਈ ਸੁੰਦਰ ਜੀ, ਅਨੇਕਾਂ ਗੁਰੂ ਕੇ ਸਿੱਖ ਹੋਇਆ, ਉਹਨਾਂ ਦਾ ਅਸੀਂ ਬਣਦਾ ਸਥਾਨ ਇਸ ਸੰਸਾਰ ਅੰਦਰ ਇਹਨਾਂ ਲੋਕਾਂ ਦੇ ਸਾਹਮਣੇ ਲਿਆ ਕੇ ਸਾਂਝਾ ਨਹੀਂ ਕਰ ਸਕਦੇ। ਭਾਈ ਮਰਦਾਨਾ ਜੀ ਨੇ, ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰ ਦੇਣੀ ਹੈ, ਮੇਰਾ ਖਿਆਲ ਮੇਰਾ ਟਾਈਮ ਦੀ ਸਮਾਪਤੀ ਹੋ ਗਈ ਹੈ। ਪਹਿਲੀ ਗੱਲ ਤੇ ਇਹ ਹੈ ਕਿ ਬਾਬਾ ਮਰਦਾਨਾ ਜੀ ਦਾ ਜਦੋਂ ਵੀ ਅਸੀਂ ਕੋਈ ਕੀਰਤਨੀ ਹੈ ਉਹ ਜ਼ਰੂਰ ਜ਼ਿਕਰ ਕਰਿਆ ਕਰੇ, ਕਿਉਂਕਿ ਜਦੋਂ ਅਸੀਂ ਹਾਰਮੋਨੀਅਮ ਤੇ ਬਹਿੰਦੇ ਹਾਂ, ਜਦੋਂ ਅਸੀਂ ਗੁਰੂ ਘਰ ਦਾ ਕੀਰਤਨ ਸ਼ਬਦ ਉਚਾਰਨ ਕਰਦੇ ਹਾਂ, ਉਹ ਕਿਰਪਾ ਬਾਬਾ ਮਰਦਾਨਾ ਜੀ ਦੇ ਕਰਕੇ ਹੈ। ਨਹੀਂ ਤੇ ਅਖੰਡ ਪਾਠ ਹੁੰਦੇ ਹੈ, ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹੈ, ਸਹਿਜ ਪਾਠ ਕੀਤੇ ਜਾਂਦੇ ਹੈ, ਗੁਰਬਾਣੀ ਸਾਰੀ ਪੜ੍ਹੀ ਜਾਂਦੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਵਿੱਚ ਬਖਸ਼ਿਸ਼ ਕੀਤੀ ਹੈ, ਤੇ ਰਾਗਾਂ ਵਿੱਚ ਬਖਸ਼ਿਸ਼ ਬਾਬਾ ਮਰਦਾਨਾ ਜੀ ਦੇ ਕਰਕੇ ਹੋਈ ਹੈ। ਗੁਰੂ ਕੇ ਸਿੱਖੋ, ਜਦੋਂ ਵੀ ਕਿਤੇ ਬਾਬਾ ਮਰਦਾਨਾ ਜੀ ਦਾ ਨਾਂ ਲਈਏ ਨਾ, ਮੇਰੀ ਇੱਕ ਬੇਨਤੀ ਪ੍ਰਵਾਨ ਕਰਿਓ ਕਿ ਉਹਨਾਂ ਨੂੰ ਜ਼ਰੂਰ ਸਤਿਕਾਰ ਬਖਸ਼ਿਆ ਕਰੋ, ਜਿਨ੍ਹਾਂ ਦੇ ਕਰਕੇ ਤੁਸੀਂ ਇਸ ਸੰਸਾਰ ਦੇ ਅੰਦਰ ਆਪਣਾ ਕਹਿੰਦੇ ਨਾ ਪ੍ਰਸ਼ਾਦਾ ਪਾਣੀ ਛਕਦੇ ਹੋ, ਜਿਨ੍ਹਾਂ ਦੇ ਕਾਰਨ ਕਰਕੇ ਗੁਰੂ ਘਰ ਦੇ ਅੰਦਰ ਕੀਰਤਨ ਆਇਆ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਭਾਈ ਮਰਦਾਨਾ ਜੀ ਦੀ ਰਬਾਬ। ਮਾਂ ਕਹਿੰਦੀ ਮੇਰਾ ਤੇ ਪੁੱਤ ਮਰ ਜਾਣਾ, ਨੌ ਪੁੱਤ ਪਹਿਲਾਂ ਮਰ ਗਏ, ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਮਾਂ ਤੂੰ ਮਰ ਜਾਣਾ ਕਹਿੰਦੀ ਹੈ ਤੇ ਇਹ ਨਹੀਂ ਮਰਦਾ। ਕਿਉਂ ਨਹੀਂ ਮਰਦੇ? ਕਿਉਂਕਿ ਇਹਨਾਂ ਨੇ ਅਜਿਹੀ ਬਖਸ਼ਿਸ਼ ਪ੍ਰਾਪਤ ਕੀਤੀ, ਅੱਜ ਵੀ ਦੁਨੀਆਂ ਦੇ ਅੰਦਰ ਜਦੋਂ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਕੀਰਤਨ ਹੁੰਦਾ ਤੇ ਭਾਈ ਮਰਦਾਨਾ ਜੀ ਨੂੰ ਯਾਦ ਕੀਤਾ ਜਾਂਦਾ, ਗੁਰੂ ਸਵਾਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਕਿ ਜਿਸ ਤਰੀਕੇ ਨਾਲ ਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦੋਹਤਾ ਗੁਰਤਾ ਗੱਦੀ ਤੇ ਬਹਿੰਦਾ ਨਾ, ਉਸੇ ਤਰੀਕੇ ਨਾਲ ਗੁਰੂ ਦੀ ਬਾਣੀ ਨੂੰ ਸਾਂਭਦੇ ਇਹਨਾਂ ਦੇ ਦੋਹਤਲੇ ਭਾਈ ਸੱਤ ਜੀ ਬਲਵੰਡ ਜੀ ਇਹ ਵੀ ਪਹੁੰਚੇ। ਉਦੋਂ ਬਾਅਦ 'ਚ ਅਨੇਕਾਂ ਪੀੜ੍ਹੀਆਂ ਆਈਆਂ, ਇੱਥੇ ਆਪਣਾ ਕਪੂਰਗੜ੍ਹ ਹੈ, ਕਪੂਰਗੜ੍ਹ ਦੇ ਅੰਦਰ ਬਾਬਾ ਨਾਥਾ ਸਿੰਘ ਜੀ ਰਬਾਬੀ ਹੋਏ ਆ ਇਹਨਾਂ ਦੇ ਪਰਿਵਾਰ 'ਚ, ਜਿਹੜੇ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲੈ ਕਰਕੇ ਆਏ ਹੈ। ਗੁਰੂ ਸਵਾਰਿਓ ਗੁਰੂ ਕੇ ਕੀਰਤਨੀਏ ਬਾਬਾ ਮਰਦਾਨਾ ਜੀ, ਇਹਨਾਂ ਦੀ ਅੰਸ ਵੰਸ਼ ਨੇ ਇਕੱਲਾ ਕੀਰਤਨ ਨਹੀਂ ਸਾਂਭਿਆ, ਸ਼ਸਤਰ ਵਸਤਰ ਵੀ ਬੜੇ ਸਾਂਭੇ ਹੈ। ਉਸ ਵੇਲੇ ਦੇ ਬਾਬਾ ਨਾਥਾ ਸਿੰਘ ਜੀ ਨੇ ਇਕੱਲਿਆਂ ਨੇ ਮੋਰਚਾ ਅਨੰਦਪੁਰ ਸਾਹਿਬ ਤੋਂ ਲਾ ਕਰਕੇ ਇੱਥੇ ਕਪੂਰਗੜ੍ਹ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਲੈ ਕੇ ਆਉਂਦੀਆਂ। ਗੁਰੂ ਸਵਾਰਿਓ ਇਕੱਲੇ ਰਬਾਬੀਆਂ ਨੂੰ ਕੀਰਤਨੀਏ ਨਾ ਸਮਝੀਏ, ਬੜੇ ਤਕੜੇ ਯੋਧੇ ਵੀ ਹੋਏ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਹ ਵਿਚਾਰਾਂ ਕਰਕੇ ਮੈਂ ਸਮਾਪਤੀ ਕਰਦਾ, ਸਮਾਂ ਬਹੁਤ ਥੋੜ੍ਹਾ ਹੈ, ਸਮੇਂ ਦੇ ਅੰਦਰ ਰਹਿਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ